ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗੁੱਡ ਮੋਰਨਿੰਗ, ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਦੇ ਅੱਜ ਦਾ ਵਲੌਗ, ਅਤੇ ਸ਼ੁਰੂ ਕਰਨ ਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਵੀ ਆਪਣਾ ਅਮਰੂਦਾਂ ਦਾ ਬੂਟਾ ਲਾਇਆ ਜਿਹੜਾ ਉਹ ਸੁੱਕ ਗਿਆ ਇੱਕ ਵਾਰ, ਤਾਂ ਜੜ ਹਜੇ ਹਰੀ ਪਈ ਆ, ਹੋ ਸਕਦਾ ਫੁੱਟ ਪਵੇ, ਕੱਢਿਆ ਵੇ ਪੱਤੇ, ਕਿਉਂਕਿ ਮੀਂਹ ਮੂੰਹ ਨਹੀਂ ਪਏ। ਉਦੋਂ ਬਾਅਦ ਚੱਜ ਨਾਲ ਅਤੇ ਮੀਂਹ ਪੈ ਜਾਂਦੇ ਤਾਂ ਫੁੱਟ ਖੜਦਾ। ਅਤੇ ਸ਼ੁਰੂ ਕਰਦੇ ਅੱਜ ਦਾ ਵਲੌਗ। ਅੱਜ ਹੈਗੇ ਆਪਾਂ ਘਰ ਹੀ, ਅਤੇ ਰੈਸਟ ਹੀ ਫਰਮਾਉਣੀ ਹੈ, ਅਤੇ ਵੈਸੇ ਘਰ ਕੰਮ ਕਰਾਂਗੇ ਜਿਹੜਾ ਕੋਈ ਪਿਆ ਹੋਇਆ। ਅਤੇ ਬੋਰਡ ਦਾ ਆਪਣਾ ਬਹੁਤ ਵਧੀਆ ਹੋਇਆ ਯਾਰ, ਬੋਰਡ ਦੇ ਤਾਂ ਪੱਤੇ ਦੇਖੋ ਬਹੁਤ ਸੋਹਣੇ ਕੱਢਿਆ। ਹੁਣ ਬੱਕਰੀਆਂ ਤੋਂ ਰੱਖਣੀਆਂ ਬਚਾ ਆਪਾਂ, ਕਿਉਂਕਿ ਬੱਕਰੀ ਦੇ ਮੂੰਹ ਦੀ ਹਵਾੜ ਹੀ ਇਹੋ ਜਿਹੀ ਹੁੰਦੀ ਆ ਵੀ ਉਹਨੇ ਮਚਾਤਾ ਸੀਗਾ ਇੱਕ ਵਾਰੀ। ਹੁਣ ਆਪਣਾ ਵਧੀਆ ਚੱਲ ਪਿਆ, ਅੱਜ ਇਹਨੂੰ ਹੱਥ ਨੇ ਹਾਂ ਸਵਾਰ ਕੇ ਥੱਲੇ, ਅਤੇ ਉਹ ਪਾਵਾਂਗੇ ਦੂਜੀ ਰੇਹ ਰੂਹ ਜੀ, ਅਤੇ ਫਿਰ ਆਪਣਾ ਵਧੀਆ ਬਣ ਜੂਗਾ। ਜਾਮਣਾ ਤਾਂ ਆਪਣੀਆਂ ਉੱਗਰੀਆਂ ਨਹੀਂ, ਸੋ ਇਹ ਤਾਂ ਕੰਮ ਕੈਂਸਲ ਹੋ ਗਿਆ। ਕੋਈ ਨਾ ਕੋਈ ਲਿਆ ਕੇ ਬੂਟਾ ਲਾਉਣੇ ਆ, ਉੱਗਰਿਆ ਨਹੀਂ ਕੁਛ ਇੰਨਾ ਅੱਜ ਤਾਂ, ਚਲੋ ਕੋਈ ਚੱਕਰ ਨਹੀਂ ਗਾ। ਅਤੇ ਮੈਂ ਡੋਲੀ ਚੱਕ ਲਵਾਂ ਅਤੇ ਦੁੱਧ ਪਵਾ ਲਿਆ ਮੈਂ ਉੱਧਰੋਂ, ਕਿਉਂਕਿ ਕੱਲ੍ਹ ਸ਼ਾਮ ਨੂੰ ਤਾਂ ਦੁੱਧ ਆਪਾਂ ਲਿਆਏ ਨਹੀਂ ਸੀਗੇ, ਅਤੇ ਹੁਣ ਜਾ ਕੇ ਲੈ ਕੇ ਆਉਣੇ ਆ। ਇਹਦੇ ਨਾਲ ਹੀ ਕਰਦੇ ਸ਼ੁਰੂ ਅੱਜ ਦਾ ਵਲੌਗ, ਅਤੇ ਬਸ ਕਹਿਣੇ ਕੀ ਬਣਦਾ ਜੁੜਦਾ। ਅੱਜ ਡੇਢ ਵੱਜ ਗਿਆ ਬਾਈ, ਅਤੇ ਅੱਜ ਜੋ ਤਰ ਗਈਆਂ ਵੀ ਥੋੜ੍ਹੀਆਂ ਲੇਟ ਹੀ ਉੱਠੀਆਂ ਸੀ, ਕਿਉਂਕਿ ਤਕਦੀਰ ਰਾਤ ਸੁੱਤੀ ਨਹੀਂ ਟਾਈਮ ਨਾਲ, ਕਿਉਂਕਿ ਆਉਂਦੀ ਹੋਈ ਸੌਂ ਗਈ ਸੀ ਕੱਲ੍ਹ, ਅਤੇ 2:30 ਵਜੇ ਸੁੱਤੀ। ਫਿਰ ਬਾਕੀ ਐਂ ਵੀ ਸੀ, ਥਕਾਵਟ ਵੀ ਸੀ ਥੋੜ੍ਹੀ ਜਿਹੀ, ਹੈ ਨਾ, ਕੱਲ੍ਹ ਸਫ਼ਰ ਜ਼ਿਆਦਾ ਹੋ ਗਿਆ। ਅਤੇ ਅੱਜ ਆਪਾਂ ਹੁਣ ਲੈ ਕੇ ਚੱਲੇ ਹਾਂ ਤਕਦੀਰ ਨੂੰ ਡਾਕਟਰ ਕੋਲ। ਵੈਸੇ ਤਕਦੀਰ ਦੇ ਰੈਸ਼ ਜਿਹੜੇ ਉਹ ਬਹੁਤ ਘੱਟ ਗਏ ਪਹਿਲਾਂ ਨਾਲੋਂ, ਪਰ ਫਿਰ ਵੀ ਸਾਨੂੰ ਐਂ ਲੱਗਿਆ ਅੱਜ ਵੀ ਯਾਰ ਇੱਕ ਵਾਰੀ ਡਾਕਟਰ ਦੀ ਸਲਾਹ ਵੀ ਲੈ ਲਈਏ, ਕਿਉਂਕਿ ਫਿਰ ਜ਼ਿਆਦਾ ਕੰਮ ਵੱਧ ਨਾ ਜਾਵੇ। ਐਲਰਜੀ ਅਲਰਜੀ ਪਤਾ ਲੱਗ ਜੂਗਾ ਟਾਈਮ ਨਾਲ, ਕਿਉਂਕਿ ਇਹਦੇ ਇੰਨੇ ਗੰਦੇ ਵਾਲੇ ਰੈਸ਼ ਕਦੇ ਵੀ ਨਹੀਂ ਹੋਏ। ਪਹਿਲੀ ਵਾਰੀ ਹੋਇਆ ਸਾਡੇ ਨਾਲ, ਤੇ ਉਹ ਵੀ ਕਈ ਵਾਰੀ ਐਂ ਵੀ ਹੋ ਜਾਂਦਾ ਵੀ ਆਪਾਂ ਨਾ ਕਰੀਮ ਜਿਹੜੀ ਬੱਚੇ ਦੇ ਲੱਗੀ ਹੋਵੇ ਕੋਈ ਪ੍ਰੋਡਕਟ ਲੱਗਿਆ, ਕਈ ਵਾਰੀ ਐਂ ਹੁੰਦਾ ਵੀ ਕੋਈ ਜਿਹੜਾ ਪ੍ਰੋਡਕਟ ਬੱਚੇ ਦੇ ਲੱਗਿਆ ਹੋਵੇ ਆਪਾਂ ਦੂਜਾ ਲਾ ਦਈਏ, ਤੇ ਉਦੋਂ ਫਰਕ ਪੈ ਜਾਂਦਾ ਇਸ ਚੀਜ਼ ਨਾਲ, ਮਤਲਬ ਕਈ ਵਾਰੀ ਪ੍ਰੋਡਕਟ ਹੀ ਆਪਸ ਚ ਉਹ ਹੋ ਜਾਂਦੇ ਹੁੰਦੇ ਆ। ਏਦਾਂ ਵੀ ਨਹੀਂ ਹੋਇਆ ਵੀ ਮਾੜਾ ਮਾੜਾ ਕਰਕੇ ਹੋਇਆ, ਇੱਕਦਮ ਹੀ ਰੈੱਡ ਹੋ ਗਿਆ ਸਾਰਾ, ਤੇ ਹੁਣ ਜਿਹੜਾ ਆ ਫਰਕ ਆ ਪਹਿਲਾਂ ਨਾਲੋਂ ਬਹੁਤ ਹੱਦ ਤੱਕ 30% ਠੀਕ ਆ। ਪਰ ਸਾਨੂੰ ਅੱਜ ਫਿਰ ਲੱਗਿਆ ਵੀ ਆ ਡਾਕਟਰ ਨੂੰ ਦਿਖਾ ਹੀ ਲਈਏ, ਕਿਉਂਕਿ ਫਿਰ ਮੁੜ ਕੇ ਨਾ ਬਾਅਦ 'ਚ ਵੀ ਆਪਾਂ ਵਧੇ ਤੋਂ ਵੀ ਜਾਵਾਂਗੇ ਜੇ ਵੱਧ ਨਾ ਹਟਿਆ ਨਾ, ਤਾਂ ਫਿਰ ਅੱਜ ਟਾਈਮ ਨਾਲ ਹੀ ਆਪਾਂ ਸਲਾਹ ਲੈ ਲਈਏ, ਹੈ ਨਾ। ਸੋ ਹੁਣ ਆਪਾਂ ਚੱਲੇ ਬਠਿੰਡੇ ਡਾਕਟਰ ਕੋਲ, ਅਤੇ ਬਾਕੀ ਤਾਂ ਹੋਰ ਆਪਣਾ ਕੋਈ ਕੰਮ ਹੈ ਨਹੀਂ ਅੱਜ ਵੈਸੇ, ਅਤੇ ਇੱਕ ਦੋ ਮਾੜੇ ਮੋਟੇ ਹੋਣਗੇ ਬੁਟੀਕ ਦੇ, ਅਤੇ ਚੱਲੇ ਹਾਂ ਖਿੱਚ ਨਾਲ, ਕਿਉਂਕਿ 1:30 ਵੱਜ ਗਿਆ, 2:30 ਵਜੇ ਡਾਕਟਰ ਸਾਹਿਬ ਉੱਠ ਕਰਨਗੇ, ਫਿਰ 5 ਵਜੇ ਬੈਠਣਗੇ। ਸੋ ਜੇ 2:30 ਵਜੇ ਤੋਂ ਪਹਿਲਾਂ ਨਾ ਪਹੁੰਚੇ ਫਿਰ ਔਖਾ ਹੋ ਜਾਣਾ। ਚਲੋ ਚੱਲੀਏ ਖਿੱਚ ਨਾਲ, ਅਤੇ ਰਾਤ 'ਤੇ ਜੋ ਆਪਾਂ ਪੀਤੇ ਨੂੰ ਵੀ ਚੱਕਣਾ ਆ, ਕਿਉਂਕਿ ਪੀਤੇ ਆਲਵੇਜ਼ ਨਾਲ ਹੀ ਹੁੰਦੀਆਂ ਨੇ ਸਾਡੇ। ਲਓ ਜੀ ਦਵਾਈ ਆਪਾਂ ਲੈ ਲਈ, ਅਤੇ ਡਾਕਟਰ ਸਾਹਿਬ ਆਪਣੇ ਹੈਗੇ ਬਹੁਤ ਘੈਂਟ, ਕਦੇ ਵੀ ਆਪਾਂ ਨੂੰ ਫੀਲ ਨਹੀਂ ਹੋਣ ਦਿੰਦੇ ਵੀ ਕੁਛ ਜ਼ਿਆਦਾ ਮਤਲਬ ਇੱਦਾਂ ਹੋਇਆ ਆ। ਅਤੇ ਟਿਊਬ ਦਿੱਤੀ ਆ ਇੱਕ, ਉਹ ਕਹਿੰਦੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਬਸ 2-4 ਦਿਨ ਥੋੜ੍ਹਾ ਜਿਹਾ ਡਾਈਪਰ ਤੋਂ ਖੁੱਲ੍ਹਾ ਰੱਖ ਦਿਓ ਅਤੇ ਹੋ ਜਾਣਾ ਠੀਕ। ਕਿਹਾ ਇੱਕ ਤੇਲ ਦਿੱਤਾ ਨਾਲ, ਇਹਦੇ 'ਚ ਮਿਕਸ ਕਰਕੇ ਪੈਰਾਸ਼ੂਟ ਦਾ ਖੋਪੇ ਦਾ ਇਹ ਮਿਕਸ ਕਰਕੇ ਲਾਉਣਾ ਟਿਊਬ ਦੇ ਵਿੱਚ। ਯਾਰ ਮੈਨੂੰ ਮੈਡੀਕਲ ਵਾਲੇ ਦੱਸਿਆ ਤੇ ਜੋਤ ਨੇ ਨਾ ਮੈਨੂੰ ਕੱਲ ਕਿਤੇ ਮੈਂ ਖੋਪੇ ਦਾ ਤੇਲ ਕਹਿਤਾ ਵੀ ਖੋਪੇ ਦਾ ਤੇਲ ਮਹਿਕਦੀਪ ਕਿਸੇ ਨੇ ਦੱਸਿਆ ਆ ਵੀ ਲਾਉਣਾ, ਦੱਸਿਆ ਨਹੀਂ ਮੈਨੂੰ ਪਤਾ ਹੀ ਸੀਗਾ। ਤੇ ਹੁਣ ਮਤਲਬ ਹਸਪਤਾਲ ਤੋਂ ਬਾਹਰ ਆਉਂਦੀ ਨੇ ਪੀਤੇ ਹੋਰਾਂ ਨੂੰ ਫਸਲ ਪਾਉਂਦੀ, ਕਹਿੰਦੀ ਮੈਂ ਕਿਹਾ ਸੀ ਫਿਰ ਪੈਰੀਆਂ ਥਲਾਏ ਤੇ ਫਿਰ ਮੰਨੀ। ਹਾਂ ਤੇ ਦੱਸ ਹੁਣ ਕਿੱਧਰ ਜਾਣਾ? ਜਾ ਪੀ ਬਈ
ਪੈਰਾਂ ਚ ਪਾ ਲੇ ਓਏ ਦਾਦੀ ਪੋਤੀ ਡਿੱਗ ਪਈਆਂ ਸੀ ਮੰਮਾ ਨੂੰ ਦਿਖਾਇਆ ਜਾ ਜਾ ਦਿਖਾਇਆ ਚੱਲ ਚੱਲ ਜਾ ਦਿਖਾ ਕੇ ਆ ਛੱਡ ਦੇ ਤੂੰ ਉਂਗਲ ਛੱਡ ਦੇ ਕੋਈ ਨਾ ਆਪੇ ਪਾ ਕੇ ਆਈ ਆ ਝੂਟੇ ਲੈਣੇ ਹੁਣ ਚੱਲ ਕਰ ਸਟਾਰਟ ਕਰ ਜਾ ਵੀ ਕਰੋਕਸ ਪਾ ਕੇ ਬਹਿ ਗਈ ਲੈ ਇਹ ਬੱਚੇ ਦਾ ਮਨ ਹੁੰਦਾ ਯਾਰ ਬਹੁਤ ਬੰਦੇ ਇੱਦਾਂ ਕਹਿੰਦੇ ਰਹਿੰਦੇ ਵੀ ਯਾਰ ਪਾਉਂਦੀ ਨਹੀਂ ਪਤਾ ਸਾਨੂੰ ਬਹੁਤ ਸਾਰੇ ਜਾਣੇ ਕਹਿੰਦੇ ਆ ਆਫਲਾਈਨ ਵੀ ਪਾਉਂਦੀ ਨਹੀਂ ਪਰ ਅੱਜ ਆਪਦੀ ਆਪ ਵਾਲੀ ਸੋ ਬੱਚੇ ਦਾ ਮਨ ਹੁੰਦਾ ਯਾਰ ਆਪਾਂ ਧੱਕਾ ਨਹੀਂ ਕਰ ਸਕਦੇ ਕਿਸੇ ਵੀ ਚੀਜ਼ 'ਚ ਇਹਨੂੰ ਹੁਣ ਖੇਡਣ ਦਾ ਚਾਅ ਚੜਿਆ ਵਿਆ ਅੱਧੀ ਰਾਤ 9:30 ਦਾ ਟਾਈਮ ਹੋਇਆ ਅਤੇ ਹੁਣ ਇਹ ਇੱਥੇ ਇਹਨੂੰ ਆਏ ਹਾਂ ਵੀ ਮੇਰੇ ਨਾਲ ਖੇਡੀ ਚੱਲੋ ਪੁੱਤ ਐਂ ਨਾ ਕਰਿਆ ਕਰੇ ਯਾਰ ਖੜ੍ਹੇ ਬੰਦੇ ਨੂੰ ਕਿਉਂ ਛੇੜਦਾ ਉਹਨਾਂ ਤੋਂ ਇਹਨੂੰ ਕਾਹ ਹੁਣ ਨਵਾਂ ਹੀ ਲੱਭਿਆ ਉਂਗਲ ਫੜ ਕੇ ਖਿੱਚ ਕੇ ਲਿਜਾਣ ਨੂੰ ਹਾਂ ਡੰਡਾ ਕਾਹਦੇ ਚੱਕਿਆ ਆ ਕਿਹਦੇ ਮਾਰਨਾ ਵੈਸੇ ਹੁਣ ਪਹਿਲਾਂ ਨਾਲੋਂ ਇਹਦੇ ਰੈਸ਼ ਰੂਸ਼ ਤਾਂ ਠੀਕ ਆ ਡਾਕਟਰ ਨੇ ਜਿਹੜੀ ਦਵਾਈ ਦਿੱਤੀ ਉਹ ਲਾਤੀ ਸੀ ਇੱਕ ਵਾਰੀ ਹੁਣ ਰਾਤ ਨੂੰ ਲਾ ਦਾਂਗੇ ਅਤੇ ਸ਼ਾਇਦ ਸਵੇਰ ਤੱਕ ਠੀਕ ਹੋ ਜਾਵੇ ਬਹੁਤ ਹੱਦ ਤੱਕ ਉਹ ਆ ਗਿਆ ਬੜੀ ਤਾਂ ਲੋਕੀ ਕਹਿੰਦੇ ਤੇਰਾ ਵਲੌਗ ਬਣਾਓ ਤੂੰ ਵਲੌਗ ਦੇ ਲੈ ਕੇ ਹੈਗਾ ਹੁਣ ਬਸ ਸਾਰਾ ਦਿਨ ਜੇ ਵਲੌਗ ਬੜੀ ਦਾ ਬਣਾਇਆ ਵੀ ਤਾਂ ਸਿਰਫ ਇਹੀ ਚੀਜ਼ ਬਣੂਗੀ ਮਿੱਟੀ ਲੈ ਕੇ ਅੰਦਰ ਆਉਂਦਾ ਤੇ ਜੋ ਤਾਂ ਝਾੜੂ ਲਾਉਂਦੀ ਹੈ ਬਸ ਇੰਨੇ ਫਰਕ ਆ ਹੋ ਠੀਕ ਆ ਤਕਦੀਰ ਦੇ ਵੀ ਰਾਸ਼ ਠੀਕ ਆ ਬਈ ਹੁਣ ਪਹਿਲਾਂ ਨਾਲੋਂ ਬਾਕੀ ਇਹਦੇ ਹੁਣ ਰਾਤ ਨੂੰ ਡਾਈਪਰ ਤਾਂ ਪਾਤਾ ਕਿਉਂਕਿ ਯਾਰ ਬੱਚਾ ਕਈ ਵਾਰੀ ਨਾ ਆਪ ਨੂੰ ਨੀਂਦ ਨੂੰ ਤਾਂ ਅਜੇ ਹਾਂ ਆਪ ਨੂੰ ਨੀਂਦ ਵਗੈਰਾ ਅਜੇ ਤਾਂ ਫਿਰ ਔਖਾ ਹੋ ਜਾਂਦਾ ਤੇ ਉਹੀ ਚੀਜ਼ ਨਾਲ ਕਰਕੇ ਫਿਰ ਡਾਈਪਰ ਪਾਤਾ ਪਾ ਡਾਈਪਰ ਇਹਦੇ ਤਾਂ ਵੀ ਪਾਤਾ ਕਿਉਂਕਿ ਇਹ ਪਾਣੀ ਵੱਧ ਪੀਂਦੀ ਆ ਤੇ ਵਾਸ਼ਰੂਮ ਜ਼ਿਆਦਾ ਕਰਦੀ ਜਦੋਂ ਵਾਸ਼ਰੂਮ ਬਾਰ ਬਾਰ ਕਰਦੀ ਆ ਤੇ ਉਹਦੇ ਨਾਲ ਵੀ ਕੀ ਆ ਉਹ ਰੈਡਨੈਸ ਜ਼ਿਆਦਾ ਹੋ ਜਾਂਦੀ ਆ ਸੋ ਡਾਈਪਰ ਤਾਂ ਸੋਕਦਾ ਰਹਿੰਦਾ ਆ ਡਾਈਪਰ ਜਲਦੀ ਸੋਕ ਲੈਂਦਾ ਆ ਸੋ ਇਸ ਕਰਕੇ ਵੀ ਆਪਾਂ ਇਹ ਡਾਈਪਰ ਲਾ ਦਿੱਤਾ ਆ ਬਾਕੀ ਇਹ ਆ ਕਿ ਸਾਰੀਆਂ ਕਰੀਮਾਂ ਫੇਲ ਕਰਤੀਆਂ ਬੀ ਫੋਰ ਨੈਪੀ ਨੇ ਸਭ ਤੋਂ ਵੱਧ ਆਰਾਮ ਜਿਹੜਾ ਇਹਨੂੰ ਆਇਆ ਬੀ ਫੋਰ ਨੈਪੀ ਨਹੀਂ ਆਇਆ ਡਾਕਟਰ ਸਾਹਿਬ ਨੇ ਵੀ ਰეკਮੈਂਡ ਕੀਤੀ ਉਹੀ ਕਿ ਬੀ ਫੋਰ ਨੈਪੀ ਹੀ ਲਾਓ ਜੇ ਲਾਉਣੀ ਹੈ ਤਾਂ ਇੱਕ ਟਿਊਬ ਦਿੱਤੀ ਉਹਨਾਂ ਨੇ ਹੋਰ ਤੇ ਇੱਕ ਦਿੱਤਾ ਕੋਪੇ ਦਾ ਤੇਲ
ਉਹ ਕਹਿੰਦੇ ਮਿਕਸ ਕਰਕੇ ਤੁਸੀਂ ਦੋ ਵਾਰੀ ਮਤਲਬ ਜਿਹੜਾ ਟਿਊਬ ਹੈ ਉਹ ਦੋ ਵਾਰੀ ਲਾਉਣੀ ਦਿਨ ਚ, ਖੋਪੇ ਦਾ ਤੇਲ ਤੁਸੀਂ ਲਾ ਸਕਦੇ ਆ, ਤੇ ਜਿਹੜੀ ਉਹ ਵੀ ਫੋਰ ਨੈਪੀ ਉਹ ਤਾਂ ਤੁਸੀਂ ਕਹਿੰਦੇ ਜਦੋਂ ਵੀ ਇਹ ਇਹਨੂੰ ਤੁਸੀਂ ਕਲੀਨ ਕਰਦੇ ਉਹ ਤੋਂ ਬਾਅਦ ਲਾਉਣਾ ਹੀ ਲਾਉਣਾ ਆ। ਬਾਪੂ ਵੀ ਦੱਸ ਕੇ ਗਿਆ ਸੀ ਇੱਕ ਕਰੀਬ, ਕਹਿੰਦਾ ਉਹ ਲਿਆ ਉਹਦੇ ਨਾਲ ਮੈਂਟੋ ਮੈਂਟੇ, ਕਹਿੰਦਾ ਤਕਦੀਰ ਜਦੋਂ ਨਾਨਕੇ ਜਾਂਦੀ ਹੈ ਇਹ ਬਿਮਾਰ ਹੋ ਕੇ ਹੀ ਆਉਂਦੀ ਹੈ। ਕੀ ਆਖੇ ਜਿੱਦੇ ਜਿੰਨੀ ਵਾਰ ਵੀ ਇਹ ਨਾਨਕੇ ਜਾਂਦੀ ਹੈ ਬਿਮਾਰ ਹੋ ਕੇ ਆਉਂਦੀ ਹੈ। ਕੌਣ ਕਹਿੰਦਾ? ਬਾਪੂ। ਅੱਛਾ, ਨਹੀਂ ਮੈਂ ਕਹਿੰਦਾ ਇਦਾਂ ਦੀ ਤਾਂ ਬਾਪੂ ਕੋਈ ਗੱਲ ਨਹੀਂ ਹੈਗੀ। ਬੱਚਾ ਹੁੰਦਾ ਰਹਿੰਦਾ ਹੈ, ਬਟ ਜੇ ਆਪਾਂ ਸਪੈਸੀਫਿਕ ਕਹੀਏ ਜਿੰਨੀ ਵਾਰ ਉੱਥੇ ਜਾਂਦੀ ਉਨੀ ਵਾਰੀ ਬਿਮਾਰ ਹੋ ਜਾਂਦੀ, ਇਦਾਂ ਤਾਂ ਨਹੀਂ ਹੋਇਆ ਕਦੀ। ਹੁਣ ਬਾਪੂ ਚੌੜ ਕਰਦਾ ਸੀ, ਚੌੜ ਕਰਦਾ ਸੀ ਬਹੁਤ, ਬਾਪੂ ਸੀਰੀਅਸ ਸੀਗਾ। ਤੇ ਮਤਲਬ ਜਦੋਂ ਅਸੀਂ ਕੱਲ ਟਿਊਬ ਲਈ ਸੀ ਉਦੋਂ ਤਾਂ ਇਹਦੀ ਹਾਲਤ ਦੇਖੀ ਨਹੀਂ ਜਾਂਦੀ ਸੀਗੀ, ਪਰ ਅੱਜ ਤਾਂ ਬਹੁਤ। ਅਸੀਂ ਇਹੀ ਵੇਟ ਕਰਦੇ ਸੀਗੇ ਰਾਤ, ਅਸੀਂ ਕੱਲ ਇਸੇ ਕਰਕੇ ਇੱਕ ਤਾਂ ਅਸੀਂ ਲੇਟ ਆਏ ਆ, ਇੱਕ ਅਸੀਂ ਇਹੀ ਵੇਟ ਕਰਦੇ ਸੀਗੇ ਵੀ ਰਾਤ ਤੱਕ ਜਿਹੜੀ ਬੀ ਫੋਰ ਨੈਪੀ ਆ ਵੀ ਉਹਦੇ ਨਾਲ ਫਰਕ ਪੈ ਗਿਆ ਤਾਂ ਠੀਕ ਆ, ਨਹੀਂ ਤਾਂ ਆਪਾਂ ਕੱਲ੍ਹ ਡਾਕਟਰ ਕੋਲ ਲੈ ਜਾਵਾਂਗੇ। ਬਟ ਮਹਿਕਦੀਪ ਕਹਿੰਦਾ ਵੀ ਫਰਕ ਤਾਂ ਬਹੁਤ ਪੈ ਗਿਆ ਸੀਗਾ, ਪਰ ਮਹਿਕਦੀਪ ਕਹਿੰਦੇ ਇੱਕ ਵਾਰੀ ਆਪਾਂ ਲੈ ਜਾਂਦੇ। ਕਈ ਵੇਲੇ ਇੱਦਾਂ ਹੁੰਦਾ ਵੀ ਬੱਚੇ ਨੂੰ ਅਲਰਜੀ ਨਾ ਹੋਵੇ ਕਿਸੇ ਚੀਜ਼ ਤੋਂ, ਤੇ ਬਟ ਜਦੋਂ ਡਾਕਟਰ ਨੇ ਦੇਖਿਆ ਤੇ ਉਹਨਾਂ ਨੇ ਇਹੀ ਕਿਹਾ ਵੀ ਇਹਨੇ ਪੋਟੀ ਕੀਤੀ ਸੀਗੀ ਥੋੜੀ ਜਿਹੀ, ਪੋਟੀ ਦੇ ਨਾਲ ਜਿਹੜਾ ਇਹਨੂੰ ਇੱਕਦਮ ਹੀ ਉਹ ਰਿਐਕਟ ਕਰ ਗਿਆ, ਤੇ ਬਸ ਫਿਰ ਪੋਟੀ ਦਾ ਉਹੀ ਕਾਰਨ ਬਣ ਗਿਆ ਨਾ ਕਿ ਮਿੱਠਾ ਜ਼ਿਆਦਾ ਖਾਧਾ ਸੀਗਾ, ਔਰ ਮਿੱਠੇ ਕਾਰਨ ਫਿਰ ਬੱਚੇ ਦਾ ਜਿਹੜਾ ਹੁੰਦਾ ਨਾ ਥੋੜਾ ਜਿਹਾ ਰਿਐਕਸ਼ਨ ਵੱਧ ਕਰ ਜਾਂਦਾ। ਤੇ ਬਾਕੀ ਮਿੱਠਾ ਖਾ ਵੀ ਆਵਾ ਕੋਣੇ ਗਿਆ ਸੀ ਨੇ, ਅਨਲਿਮਿਟਡ ਰਸਗੁੱਲੀਆਂ ਨਿੱਕੀਆਂ ਨਿੱਕੀਆਂ ਤਾਂ ਪਤਾ ਹੀ ਨਹੀਂ ਕਿੰਨੀਆਂ ਖਾ ਗਈ, ਤੇ ਅਸੀਂ ਵੀ ਨਹੀਂ ਗੌਰ ਕੀਤੀ ਕਿਉਂਕਿ ਕਦੀ ਇਦਾਂ ਦਾ ਚਾਂਸ ਬਣਿਆ ਨਹੀਂ, ਅਸੀਂ ਵੀ ਨਹੀਂ ਗੌਰ ਕੀਤੀ ਵੀ ਮਿੱਠੇ ਦੇ ਨਾਲ ਇੰਨਾ ਜ਼ਿਆਦਾ ਰਿਐਕਟ ਕਰ ਜੂਗਾ, ਤੇ ਬਾਹਲਾ ਹੀ ਰਿਐਕਟ ਕਰ ਗਿਆ। ਬਟ ਹੁਣ ਠੀਕ ਆ। ਜੇਕਰ ਤੁਹਾਨੂੰ ਵੀ ਕੋਈ ਬੱਚੇ ਸਾਡੇ ਨਾ ਉੱਥੇ ਮਤਲਬ ਮੇਰੇ ਪੇਕੇ ਸਾਈਡ ਹੀ ਉੱਥੇ ਵੀ ਇੱਕ ਛੋਟਾ ਜਿਹਾ ਮੁੰਡਾ ਆ ਤਕਦੀਰ ਤੋਂ ਥੋੜਾ ਜਿਹਾ ਵੱਡਾ ਆ, ਉਹਨੂੰ ਵੀ ਸੇਮ ਰੈਸ਼ ਪ੍ਰੋਬਲਮ ਹੋ ਗਈ ਸੀਗੀ, ਤੇ ਫਿਰ ਉਹਨਾਂ ਨੇ ਵੀ ਸਾਨੂੰ ਪੁੱਛਿਆ ਸੀਗਾ ਵੀ ਤਕਦੀਰ ਤੇ ਕਿਹੜੀ ਕਰੀਮ ਲਾਉਂਦੇ ਆ, ਤਾਂ ਆਪਾਂ ਉਹਨਾਂ ਨੂੰ ਬੀ ਫੋਰ ਨੈਪੀ ਰੈਕਮੈਂਡ ਕੀਤੀ ਸੀਗੀ, ਫਿਰ ਉਹਨਾਂ ਨੇ ਉਹ ਆਨਲਾਈਨ ਮੰਗਾ ਲਈ ਸੀਗੀ ਤੇ ਮੰਗਾ ਕੇ ਉਹਦੇ ਵੀ ਜਮਾਂ ਠੀਕ ਹੋ ਗਏ। ਬਟ ਜਿਹੜੀ ਇਹ ਕਰੀਮ ਆ ਸਾਨੂੰ ਤਾਂ ਆਫਲਾਈਨ ਕਿਤੋਂ ਨਹੀਂ ਮਿਲੀ, ਸਿਰਫ ਜਲੰਧਰੋਂ ਮਿਲੀ ਆ, ਤੇ ਡਾਕਟਰ ਤਾਂ ਕਹਿੰਦੇ ਸੀ ਮਿਲ ਜਾਂਦੀ ਹੈ ਈਜ਼ੀਲੀ, ਬਟ ਸਾਨੂੰ ਅਸੀਂ ਜਿੰਨੇ ਵੀ ਸਟੋਰਾਂ ਤੇ ਪੁੱਛਿਆ ਫਸਟ ਕਰਾਈ ਦੇ ਤੇ ਸਾਨੂੰ ਤਾਂ ਕਿਤੋਂ ਨਹੀਂ ਮਿਲੀ ਹੈਗੀ। ਹੋਰ ਕਰੀਮਾਂ ਦੱਸੀ ਗਏ ਉਹ, ਬਟ ਸੇਮ ਵਾਲੀ ਨਹੀਂ ਮਿਲ ਜਾਂਦੀ ਹੋਊਗੀ, ਪਰ ਆਪਾਂ ਨੂੰ ਆਪਾਂ ਵੀ ਨਹੀਂ ਮਤਲਬ ਮਿਲੀ ਆਪਾਂ ਨੂੰ। ਤੇ ਬਾਕੀ ਬਈ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ। ਅੱਜ ਦੇ ਵਲੌਗ ਨੂੰ ਛੋਟੇ ਜਿਹੇ ਨੂੰ ਕਰਿਓ ਇੰਜੋਏ, ਇਹ ਵਲੌਗ ਪੁਰਾਣੀ ਯਾਦ ਦਵਾਊਗਾ ਤੁਹਾਨੂੰ, ਕਿਉਂਕਿ ਆਪਾਂ ਪਹਿਲਾਂ 10-11 ਮਿੰਟ ਦਾ ਵਲੌਗ ਹੀ ਬਣਾਉਂਦੇ ਹੁੰਦੇ ਸੀਗੇ, ਅਤੇ ਅੱਜ ਅਸੀਂ ਬਠਿੰਡੇ ਕੁਛ ਕੰਮ ਦੇ ਵਿੱਚ ਬਿਜ਼ੀ ਹੋ ਗਏ, ਸੋ ਇਸ ਕਰਕੇ ਵਲੌਗ ਜ਼ਿਆਦਾ ਸ਼ੂਟ ਨਹੀਂ ਕੀਤਾ। ਅਤੇ ਮੰਡੀ ਆ ਕੇ ਤਕਦੀਰ ਦੇ ਡਾਇਪਰ ਨਹੀਂ ਪਾਇਆ ਹੋਇਆ ਸੀਗਾ, ਸੋ ਇਹਨੇ ਮੇਰੇ ਕੱਪੜੇ ਖਰਾਬ ਕਰਤੇ ਬਾਥਰੂਮ ਕਰਕੇ, ਸੋ ਅਸੀਂ ਭੱਜ ਕਾਹਲੀ ਦੇ ਵਿੱਚ ਹੀ ਘਰ ਆ ਗਏ। ਉਹ ਘਰ ਆ ਕੇ ਦਿਲ ਖੁਸ਼ ਕੇ ਨਹੀਂ ਜਾਇਆ ਗਿਆ, ਅਤੇ ਬਾਕੀ ਘਰ ਆ ਕੇ ਪ੍ਰਜੋਤ ਨੇ ਆਪਦਾ ਕੰਮ ਕਾਰ ਕਰਨਾ ਸੀਗਾ। ਸੋ ਮਿਲਦੇ ਹਾਂ ਆਪਾਂ ਨਵੇਂ ਵਲੌਗ ਦੇ ਨਾਲ, ਬਾਏ ਬਾਏ ਜੀ। ਬਹੁਤ ਟਾਈਮ ਤੋਂ ਰੂਟੀਨ ਹੀ ਆ ਹੁਣ ਕਿ 20-25 ਮਿੰਟ ਹੁੰਦਾ। ਸੋ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਨਾਲ, ਬਾਏ ਬਾਏ, ਗੁੱਡ ਨਾਈਟ।